ਸੱਤਵਾਂ ਕੇਸ ਦੇ ਵਿੱਚ ਜ਼ਹੀਰ ਹੋਰਾਂ ਨੂੰ ਕੱਲ੍ਹ ਇਹਦੇ ਰਿਲਾਇੰਸ ਦੇ ਰੀਪ੍ਰੈਜੈਂਟੇਟਿਵਸ ਆਏ ਸੀਗੇ, ਉਹਨਾਂ ਨੇ ਪੇਸ਼ ਕਰਵਾਇਆ। ਕੱਲ੍ਹ ਇਹਨਾਂ ਦੀ ਅਰੈਸਟ ਪਾਈ ਹੈ, ਅੱਜ ਇਹਨਾਂ ਨੂੰ ਪੇਸ਼ ਕੀਤਾ ਪੁੱਛਗਿੱਛ ਦੇ ਦੌਰਾਨ। ਇਸਨੇ ਕੁਛ ਕਮਿਸ਼ਨਸ ਤਾਂ ਮੰਨੀਆਂ ਨੇ, ਬਾਕੀ ਕਾਫੀ ਪੁੱਛਗਿੱਛ ਬਾਕੀ ਹੈ, ਜਿਹਦੇ ਸੰਬੰਧ ਵਿੱਚ ਅਸੀਂ ਸੁਰੇਸ਼ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ JMIC ਦੇ ਪੇਸ਼ ਕੀਤਾ ਸੀ ਜੱਜ ਸਾਹਿਬ ਦੇ। ਉਹਨਾਂ ਨੇ 2 ਤਰੀਕ ਤੱਕ ਸਾਨੂੰ ਪੁਲਿਸ ਰਿਮਾਂਡ ਦਿੱਤਾ ਹੈ। ਉਹਦੇ ਵਿੱਚ ਕਾਫੀ ਕੁਛ ਖੁਲਾਸਾ ਹੋਣ ਦੀ ਉਮੀਦ ਹੈਗੀ ਆ, ਵੀ ਇਹਦੇ ਹਾਇਰ ਆਫਿਸਰਸ ਇਨਵੋਲਵ ਹੈ ਜਾਂ ਨਹੀਂ ਹੈਗੇ, ਕਿਉਂਕਿ ਇੱਕ ਸੀਨੀਅਰ ਮੈਨੇਜਰ ਕਿਵੇਂ ਇੱਕ ਇੰਨਾ ਵੱਡਾ ਐਗਰੀਮੈਂਟ ਕਰ ਸਕਦਾ ਹੈ। ਉਸ ਚੀਜ਼ ਦਾ ਅਸੀਂ ਛਾਣਬੀਨ ਚੱਲ ਰਹੀ ਹੈ, ਪੁੱਛਗਿੱਛ ਚੱਲ ਰਹੀ ਹੈ, ਅਤੇ ਹੋਪਫੁਲੀ ਕਿ ਅਸੀਂ ਪੂਰੀ ਇਨਵੈਸਟੀਗੇਸ਼ਨ ਪ੍ਰੋਪਰ ਵੇ ਨਾਲ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਂਗੇ ਜਿਹਨਾਂ ਦਾ ਇੰਨਾ ਪੂਰਾ ਇਹਦੇ ਵਿੱਚ ਰੋਲ ਹੈਗਾ।